ਸੋਫਿਆਂ ਵਿੱਚ ਤੁਸੀਂ ਸੋਫੇ ਦੇਖ ਕੇ ਬੈੱਡ ਵਿੱਚ ਤੁਸੀਂ ਬੈੱਡ ਵੇਖ ਕੇ ਹੁਣ ਤੁਹਾਨੂੰ ਦੋਵਾਂ ਦਾ ਕੰਬੀਨੇਸ਼ਨ ਦਿਖਾਉਣਾ ਐਲਟੀ ਦੀ ਹੈ ਗਰੰਟੀ ਤੁਹਾਨੂੰ ਇਹਦੀ ਵੀ ਮਿਲੂਗੀ ਪ੍ਰਾਈਸ ਰੇਂਜ ਇਹਦੀ ਇਹਦੇ ਵਿੱਚ ਵੀ ਤੁਹਾਨੂੰ ਕਵਰ ਜਿਹੜਾ ਮਿਲ ਜੂਗਾ ਅਤੇ ਗੱਤਾ ਬੋਰਡ ਜਿਹੜਾ ਉਹਦਾ ਹੀ ਇਸਤੇਮਾਲ ਨਹੀਂ ਕੀਤਾ ਜਾਂਦਾ ਜ਼ਿਆਦਾਤਰ ਜਿਹੜੇ ਬੈੱਡ ਫਰਨੀਚਰ ਵਾਲੇ ਉਹ ਗੱਤੇ ਦਾ ਹੀ ਇਸਤੇਮਾਲ ਕਰਦੇ ਕਿਉਂਕਿ ਉਹ ਸਸਤਾ ਪੈਂਦਾ ਵਾ ਪਰ ਉਹ 2 ਤੋਂ 3 ਸਾਲ ਤੱਕ ਜਿਹੜਾ ਹੰਡ ਜਾਂਦਾ ਪਰ ਜਿਹੜੀ ਇੱਥੇ ਪਲਾਈ ਇਸਤੇਮਾਲ ਕਰਦੇ ਆ 20 ਤੋਂ 25 ਸਾਲ ਤੋਂ ਕਦੀ ਕਦੀ ਵੱਧ ਵੀ ਨਿਕਲ ਜਾਂਦੇ ਆ ਕੋਈ ਉਹਨੂੰ ਲੱਕੜ ਨੂੰ ਫਰਕ ਨਹੀਂ ਪੈਣ ਦਿਆ ਅਤੇ ਹੁਣ ਥੋੜ੍ਹਾ ਤੁਸੀਂ ਜਿਵੇਂ ਕਿ ਮੈਂ ਵੀ ਇੱਥੇ ਚੜਿਆ ਕੋਈ ਉਹਨੂੰ ਫਰਕ ਨਹੀਂ ਪੈਣ ਦਿਆ ਕੋਈ ਫਰਕ ਨਹੀਂ ਇਹਨੂੰ ਪੈਣਾ ਅਤੇ ਲੱਕੜੀ ਬਹੁਤ ਜ਼ਿਆਦਾ ਮਜ਼ਬੂਤ ਆ ਕਿ ਤੁਸੀਂ ਦੇਖ ਸਕਦੇ ਆ ਮੇਰਾ ਭਾਰ ਵੀ 70 ਦੇ ਲਾਗੇ ਛਾਗੇ ਹੋਊਗਾ ਭਾਜੀ ਦਾ ਵੀ ਇੰਨਾ ਹੋਊਗਾ ਅਤੇ ਵੇਖ ਲਓ ਉਹਨੂੰ ਕੁਝ ਨਹੀਂ ਹੋਇਆ ਅਤੇ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਵਲੋਗ 'ਚ ਪਤਾ ਮੈਨੂੰ ਅੱਜ ਮੈਂ ਵਲੋਗ ਕਾਫੀ ਚਿਰਾਂ ਬਾਅਦ ਪਾ ਰਿਹਾ ਕਿਉਂਕਿ ਕੁਝ ਰੀਜ਼ਨ ਰਹੇ ਸੀ ਅਤੇ ਅੱਜ ਮੈਂ ਆਇਆ ਵਾਂ ਬਾਬਾ ਫਰਨੀਚਰ ਮਹਿਤਾ ਚੌਂਕ ਅੱਜ ਮੈਂ ਬਣਾਊਂਗਾ ਇਸ ਪੂਰੇ ਸ਼ੋਪ ਦਾ ਵਲੋਗ ਅਤੇ ਇਸ ਸ਼ੋਪ ਵਿੱਚ ਅੱਜ ਹਾਈਲਾਈਟ ਰਹੂਗਾ ਕਿ ਕਿਵੇਂ ਕਿਵੇਂ ਦਾ ਫਰਨੀਚਰ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਅਤੇ ਇੱਥੋਂ ਦੀ ਸਪੈਸ਼ਲ ਗੱਲ ਤੁਸੀਂ ਫਰਨੀਚਰ ਆਪ ਆਪਣੀ ਪਸੰਦ ਦਾ ਵੀ ਬਣਾ ਸਕਦੇ ਜਿਵੇਂ ਦਾ ਤੁਹਾਨੂੰ ਚਾਹੀਦਾ ਅਤੇ ਇੱਥੇ ਫਰਨੀਚਰ ਨਾਲ ਡੀਲ ਕਰਦੇ ਆ ਸੋਫਾ ਅਲਮਾਰੀ ਐਂਡ ਡਾਇਨਿੰਗ ਟੇਬਲ ਹੋ ਗਿਆ ਬੈੱਡ ਹੋ ਗਏ ਬੱਚਿਆਂ ਵਾਲੀ ਅਲਮਾਰੀ ਹੋ ਗਈ ਹੋਰ ਵੀ ਕਾਫੀ ਚੀਜ਼ਾਂ ਜੋ ਕਿ ਅਸੀਂ ਓਨਰ ਕੋਲੋਂ ਪੁੱਛਾਂਗੇ ਅਤੇ ਕੀ ਇੱਥੇ ਬਣਦਾ ਵਾ ਅਤੇ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਆ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਦਿਓ ਤਾਂ ਕੋਈ ਵੀ ਚੀਜ਼ ਪੁੱਛਣੀ ਹੋਵੇ ਤੁਹਾਡੇ ਕਮੈਂਟ ਵਿੱਚ ਪੁੱਛ ਸਕਦੇ ਹਾਂ ਅਤੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਇਹਨਾਂ ਦੀ ਪੂਰੀ ਡਿਟੇਲ ਕਾਲ ਨੰਬਰ ਫੋਨ ਨੰਬਰ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਵਾ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਨਿਊ ਵੀਡੀਓ ਸਟਾਰਟ ਕਰਦੇ ਹਾਂ ਵਲੋਗ ਅਤੇ ਇਹ ਹੈਗੇ ਬਾਬਾ ਫਰਨੀਚਰ ਦੇ ਓਨਰ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਭਾਅ ਜੀ ਪੁੱਛੂੰਗਾ ਇਹ ਸ਼ੋਪ ਦਾ ਐਡਰੈਸ ਕੀ ਆ ਇਹਦਾ ਐਡਰੈਸ ਹੈ ਜੀ ਮਹਿਤਾ ਚੌਂਕ ਡਾਕਟਰ ਪਲ ਵਾਲੀ ਗਲੀ ਦਸਮੇਸ਼ ਸਕੂਲ ਲਾਗੇ ਬਾਬਾ ਫਰਨੀਚਰ ਹਾਊਸ ਜਿਹੜੀ ਸ਼ੋਪ ਜਿਹੜੀ ਬਾਬਾ ਫਰਨੀਚਰ ਹਾਊਸ ਮਹਿਤਾ ਚੌਂਕ ਵਿੱਚ ਪੈਂਦੀ ਹੈ ਅਤੇ ਇਹਦਾ ਤੁਹਾਨੂੰ ਸਭ ਤੋਂ ਸੌਖਾ ਐਡਰੈਸ ਮਿਲਣਾ ਕਿ ਲਾਗੇ ਦਸਮੇਸ਼ ਸਕੂਲ ਪੈਂਦਾ ਉਹਦੇ ਲਾਗੇ ਹੀ ਇਹਨਾਂ ਦੇ ਸ਼ੋਪ ਆ ਅਤੇ ਸ਼ੋਪ ਵਿੱਚ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਜਿਸ ਦਿਨ ਆਓਗੇ ਉਸ ਦਿਨ ਹੀ ਤੁਹਾਨੂੰ ਮਿਲੂਗਾ ਜੇ ਤੁਸੀਂ ਆਪ ਰੈਡੀ ਕਰਾਉਣਾ ਚਾਹੁੰਦੇ ਆ ਉਹ ਵੀ ਬੜੀ ਜਲਦੀ ਰੈਡੀ ਕਰਕੇ ਦਿੰਦੇ ਆ ਅਤੇ ਬੈਸਟ ਕੁਆਲਿਟੀ ਵਿੱਚ ਚਲੋ ਹੋਰ ਵੀ ਇਹਨਾਂ ਕੋਲ ਕੁਐਸਚਨ ਪੁੱਛਣ ਨਾਲ ਨਾਲ ਤੁਹਾਨੂੰ ਸਮਾਨ ਦੱਸੀ ਜਾਵਾਂ ਕਿ ਕਿਹੜਾ ਕਿਹੜਾ ਇਹਨਾਂ ਕੋਲ ਹੈਗਾ ਅਤੇ ਜਿਹੜੇ ਜਿਹੜੇ ਸੈਂਪਲ ਇਹਨਾਂ ਕੋਲ ਪਏ ਆ ਉਹ ਵੀ ਤੁਹਾਨੂੰ ਇਹਨਾਂ ਕੋਲ ਦਿਖਾ ਦਾਂਗੇ ਤਾਂ ਇਹਨਾਂ ਦੀ ਸ਼ੋਪ ਵਿੱਚ ਮਿਲ ਸਕਦਾ ਤੁਹਾਨੂੰ ਸੋਫੇ ਡਾਇਨਿੰਗ ਟੇਬਲ ਅਲਮਾਰੀ ਐਂਡ ਹੋਰ ਇਹਨਾਂ ਕੋਲ ਡਾਇਨਿੰਗ ਟੇਬਲ ਵੀ ਹੈਗਾ ਅਲਮਾਰੀ ਵੀ ਹੈਗੀ ਸੋਫੇ ਵੀ ਹੈਗੇ ਆ ਬੈੱਡ ਵੀ ਹੈਗੇ ਆ ਅਤੇ ਹੋਰ ਵੀ ਜੋ ਵੀ ਫਰਨੀਚਰ ਦਾ ਸਭ ਸਮਾਨ ਦਾ ਸਭ ਤੁਹਾਨੂੰ ਇਹਨਾਂ ਦੀ ਸ਼ੋਪ 'ਤੇ ਮਿਲ ਜੂਗਾ ਅਤੇ ਮੈਂ ਆਪ ਇਹਨਾਂ ਕੋਲ ਡਿਜ਼ਾਈਨ ਦੇਖੇ ਕਾਫੀ ਵਧੀਆ ਵਧੀਆ ਡਿਜ਼ਾਈਨ ਆ ਅਤੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਬੈੱਡ ਦਿਖਾਊਂਗਾ ਬੈੱਡ ਦੇ ਫੀਚਰਸ ਦੱਸੂੰਗਾ ਕਿਹੜੇ ਮਟੀਰੀਅਲ ਨਾਲ ਬਣਦੇ ਕਿਹੜੀ ਲੱਕੜ ਪਲਾਈ ਦੀ ਵਰਤੋਂ ਕੀਤੀ ਜਾਂਦੀ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਪ੍ਰਾਈਸ ਰੇਂਜ ਦੱਸੂੰਗਾ ਕਿੰਨੇ ਤੱਕ ਦੇ ਬੈੱਡ ਇਹਨਾਂ ਕੋਲ ਮਿਲਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬੈੱਡ ਦਿਖਾਵਾਂਗੇ ਅਤੇ ਆਹ ਬੈੱਡ ਦੇਖੋ ਕਿੰਨੇ ਸਾਰੇ ਮੇਰੇ ਪਿੱਛੇ ਲਾਈਨਾਂ ਲੱਗੀਆਂ ਬੈੱਡ ਦੀਆਂ ਅਤੇ ਸਾਰੇ ਬੈੱਡ ਬਹੁਤ ਵਧੀਆ ਕੁਆਲਿਟੀ ਦੇ ਇੱਕ ਇੱਕ ਤੁਹਾਨੂੰ ਬੈੱਡ ਦਾ ਰਿਵਿਊ ਦੇ ਦਾਂਗੇ ਕਿਵੇਂ ਕਿਵੇਂ ਦੇ ਸਾਰੇ ਬੈੱਡ ਆ ਅਤੇ ਇਹਨਾਂ ਤੋਂ ਇਹਨਾਂ ਬੈੱਡ ਤੋਂ ਵੀ ਇਲਾਵਾ ਕਾਫੀ ਸਾਰੇ ਡਿਜ਼ਾਈਨਸ ਹੈਗੇ ਅਤੇ ਤੁਹਾਨੂੰ ਜਿਵੇਂ ਦਾ ਬੈੱਡ ਚਾਹੀਦਾ ਜਿਵੇਂ ਦੀ ਚੀਜ਼ ਚਾਹੀਦੀ ਉਦਾਂ ਦੀ ਚੀਜ਼ ਤੁਹਾਨੂੰ ਇੱਥੋਂ ਮਿਲ ਜੂਗੀ ਆਹ ਤੁਹਾਡੇ ਸਾਹਮਣੇ ਬੈੱਡ ਹੁਣ ਆਹ ਬੈੱਡ ਨੰਬਰ 1 ਬੈੱਡ ਨੰਬਰ 2 ਤੁਹਾਨੂੰ ਸਿਰਫ ਅਜੇ ਮੈਂ ਡਿਜ਼ਾਈਨ ਦਿਖਾ ਰਿਹਾ ਬਾਅਦ 'ਚ ਸਾਰੇ ਬੈੱਡ ਦੀ ਸਪੈਸੀਫਿਕਸ ਫੀਚਰਸ ਦੱਸੂੰਗਾ ਕੀ ਫੀਚਰਸ ਨੇ ਦੇਖੀਏ ਇਹਨਾਂ ਦੇ ਬੈੱਡ ਜਗਮਗ ਜਗਮਗ ਕਰਦੇ ਆ ਸਾਰਾ ਫਰਨੀਚਰ ਇਹਨਾਂ ਦਾ ਆਹ ਸੋਫਿਆਂ ਵੱਲ ਬਾਅਦ 'ਚ ਹੁੰਦੇ ਆ ਬੈੱਡ ਬਾਰੇ ਦੱਸਾਂਗੇ ਆ ਬੈੱਡ ਦੇ ਥੋੜ੍ਹੀ ਸਪੈਸੀਫਿਕ ਫੀਚਰ ਦੱਸਦੇ ਹਾਂ ਅਤੇ ਭਾਅ ਜੀ ਨੂੰ ਪੁੱਛਦੇ ਹਾਂ ਕਿ ਭਾਅ ਜੀ ਆ ਬੈੱਡ ਤੁਸੀਂ ਆਪ ਬਣਾਏ ਸਾਰੇ ਜਿੰਨੇ ਬਣੇ ਸਾਰੇ ਸਮਾਨ ਆਪ ਤਿਆਰ ਕਰੀਦਾ ਜੀ ਅਤੇ ਆ ਜਿਹੜੇ ਬੈੱਡ 'ਤੇ ਪਲਾਈ ਆ ਕਿੰਨੇ ਐਮ ਐਮ ਅਤੇ ਕੀ ਪਲਾਈ ਦੀ ਕੁਆਲਿਟੀ ਵਗੈਰਾ ਸਭ ਕੁਝ ਦੱਸੋਗੇ ਬਲੈਟ ਬੈੱਡ ਆਪਣਾ ਵਾ ਇਹ ਸਾਰਾ ਮਰੀ 19 ਐਮ ਐਮ ਪਲਾਈ ਬਣਾਇਆ ਜੀ ਅਤੇ ਜਿਹੜਾ ਬੈੱਡ ਆ ਸਾਡੀ ਪਲਾਈ ਜਿਹੜੀ ਇਸਤੇਮਾਲ ਕਰਦੇ ਉਹ 19 ਐਮ ਐਮ ਦੀ ਕਰਦੇ ਆ ਅਤੇ ਇੱਥੇ ਕੋਈ ਗੱਤਾ ਬੋਰਡ ਜਿਹੜਾ ਉਹਦਾ ਹੀ ਇਸਤੇਮਾਲ ਨਹੀਂ ਕੀਤਾ ਜਾਂਦਾ ਜ਼ਿਆਦਾਤਰ ਜਿਹੜੇ ਬੈੱਡ ਫਰਨੀਚਰ ਵਾਲੇ ਉਹ ਗੱਤੇ ਦਾ ਹੀ ਇਸਤੇਮਾਲ ਕਰਦੇ ਕਿਉਂਕਿ ਉਹ ਸਸਤਾ ਪੈਂਦਾ ਵਾ ਪਰ ਉਹ 2 ਤੋਂ 3 ਸਾਲ ਤੱਕ ਜਿਹੜਾ ਹੰਡ ਜਾਂਦਾ ਪਰ ਜਿਹੜੀ ਇੱਥੇ ਪਲਾਈ ਇਸਤੇਮਾਲ ਕਰਦੇ ਆ 20 ਤੋਂ 25 ਸਾਲ ਤੋਂ ਕਦੀ ਕਦੀ ਵੱਧ ਵੀ ਨਿਕਲ ਜਾਂਦੇ ਆ ਇੰਨੀ ਗਰੰਟੀ ਜ਼ਰੂਰ ਮਿਲਦੀ ਆ ਅਤੇ ਇਹਦੇ ਉੱਤੇ ਚੜ੍ਹ ਕੇ ਮੈਨਾਂ ਨੇ ਕਾਫੀ ਵਾਰ ਦਿਖਾਇਆ ਵਾ ਕਿ ਜਦੋਂ ਇਹਦੇ ਉੱਤੇ ਚੜ੍ਹਦੇ ਆ 80-80 ਕਿਲੋ ਦਾ ਭਾਰ ਆਸਾਨੀ ਨਾਲ ਇਹ ਚੁੱਕ ਸਕਦੇ ਆ ਜਿਵੇਂ ਤੇ ਤੁਹਾਨੂੰ ਹੁਣੇ ਦਿਖਾ ਦਿੰਦੇ ਇੱਕ ਵਾਰੀ ਕਰਕੇ ਜਿਵੇਂ ਵੇਖੋ ਭਾਅ ਜੀ ਵੇ ਚੜ੍ਹਨ ਦੇ ਆ ਕੋਈ ਉਹਨੂੰ ਲੱਕੜ ਨੂੰ ਫਰਕ ਨਹੀਂ ਪੈਣ ਦਿਆ ਅਤੇ ਹੁਣ ਥੋੜ੍ਹਾ ਤੁਸੀਂ ਜਿਵੇਂ ਵੇਖੋ ਮੈਂ ਵੀ ਇੱਥੇ ਚੜ੍ਹਿਆ ਕੋਈ ਉਹਨੂੰ ਫਰਕ ਨਹੀਂ ਪੈਣ ਦਿਆ ਕੋਈ ਫਰਕ ਨਹੀਂ ਇਹਨੂੰ ਪੈਣਾ ਅਤੇ ਲੱਕੜੀ ਬਹੁਤ ਜ਼ਿਆਦਾ ਮਜ਼ਬੂਤ ਆ ਕਿ ਤੁਸੀਂ ਦੇਖ ਸਕਦੇ ਆ ਮੇਰਾ ਭਾਰ ਵੀ 70 ਦੇ ਲਾਗੇ ਛਾਗੇ ਹੋਊਗਾ ਭਾਅ ਜੀ ਦਾ ਵੀ ਇੰਨਾ ਹੋਊਗਾ ਅਤੇ ਵੇਖ ਲਓ ਉਹਨੂੰ ਕੁਝ ਨਹੀਂ ਹੋਇਆ ਅਤੇ ਕੱਪੜਿਆਂ ਦਾ ਭਾਰ ਤਾਂ ਇੱਦਾਂ ਵੀ ਘੱਟ ਹੀ ਹੁੰਦਾ ਸਾਡੇ ਨਾਲੋਂ ਪਲਾਈ ਬਹੁਤ ਜ਼ਿਆਦਾ ਮਜ਼ਬੂਤ ਆ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਦੇਖੋ ਆਪ ਤੁਸੀਂ ਦੇਖ ਕੇ ਪਸੰਦ ਕਰ ਸਕਦੇ ਆ ਇਹ ਮੇਰੀ ਗਰੰਟੀ ਕਿ ਤੁਸੀਂ ਇੱਕ ਵਾਰੀ ਇੱਥੇ ਆਓਗੇ ਆਪ ਦੇਖੋਗੇ ਤਾਂ ਉਸੇ ਟਾਈਮ ਪਰਚੇਸ ਕਰ ਲਓਗੇ
ਹੁਣ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਐਕਸਪੈਰੀਮੈਂਟ ਕਰਕੇ ਦਿਖਾਇਆ, ਚੜ੍ਹ ਕੇ ਦਿਖਾਇਆ ਬੈੱਡ ਦੀ ਕਿੰਨੀ ਮਜ਼ਬੂਤੀ ਹੈ, ਕਿੰਨੇ ਕਿੰਨਾ ਵਧੀਆ ਕੁਆਲਿਟੀ ਦਾ ਬੈੱਡ ਆ ਕਿ ਕਿਤੇ ਟੁੱਟ ਨਹੀਂ ਸਕਦਾ। ਅਤੇ ਮੇਰੇ ਪਿੱਛੇ ਦੇਖ ਸਕਦੇ ਕਿੰਨੇ ਸਾਰੇ ਬੈੱਡ ਵੱਖ ਵੱਖ ਡਿਜ਼ਾਈਨ ਦੇ ਬੈੱਡ ਵਾ। ਜੇ ਇਹਨਾਂ ਦੀ ਪ੍ਰਾਈਜ਼, ਜੇ ਮੈਂ ਇਹਨਾਂ ਦੀ ਪ੍ਰਾਈਜ਼ ਰੇਂਜ ਦੀ ਗੱਲ ਕਰਾਂ ਸਿਰਫ ਬੈੱਡ ਵਿੱਚ 14,000 ਤੋਂ ਲੈ ਕੇ 20-25,000 ਦੇ ਵਿੱਚ ਵਿੱਚ ਇਹਨਾਂ ਦੀ ਪ੍ਰਾਈਜ਼ ਰੇਂਜ ਜਿਹੜੀ ਆਉਂਦੀ ਆ, ਉਹ ਇਹਨਾਂ ਦੇ ਬੈੱਡ ਦੀ ਕੁਆਲਿਟੀ ਦੇ, ਬੈੱਡ ਦੇ ਡਿਜ਼ਾਈਨ ਦੇ, ਬੈੱਡ ਦੇ ਮਟੀਰੀਅਲ 'ਤੇ ਡਿਪੈਂਡ ਕਰਦੀ ਆ ਜਿਵੇਂ ਦਾ ਤੁਹਾਨੂੰ ਚਾਹੀਦਾ ਵਾ। ਅਤੇ ਇਹ ਸਾਰੇ ਸੀ ਬੈੱਡ। ਬੈੱਡ ਇਹ ਵੀ ਨਹੀਂ ਹੈ ਕਿ ਕਾਫੀ ਬੈੱਡ ਸੀ, ਸਾਰੇ ਜਿਹੜੇ ਸੇਲ ਹੋ ਗਏ ਆ। ਜੇ ਹੋਰ ਤੁਸੀਂ ਬੈੱਡ ਦੇਖਣਾ ਚਾਹੁੰਦੇ ਆ, ਜਿਹੜੇ ਤੁਸੀਂ ਡਿਜ਼ਾਈਨ ਬਣਵਾਉਣਾ ਚਾਹੁੰਦੇ, ਉਹਦਾ ਡਿਜ਼ਾਈਨ ਤੁਹਾਨੂੰ ਸਾਰੇ ਮਿਲ ਸਕਦੇ ਆ। ਅਤੇ ਬਾਕੀ ਤੁਹਾਨੂੰ ਮੈਂ ਇੱਥੇ ਫੋਟੋਆਂ ਡਿਸਪਲੇ ਕਰ ਦੂੰਗਾ ਜਿਹੜੇ ਜਿਹੜੇ ਇਹਨਾਂ ਨੇ ਬੈੱਡ ਅੱਜ ਤੱਕ ਬਣਾਏ ਆ, ਜਾਂ ਕਿਤੇ ਹੋਣਗੀਆਂ ਜਿਹੜੀ ਫੋਟੋਆਂ ਤੁਹਾਨੂੰ ਦਿਖਾ ਦਾਂਗੇ। ਇਸ ਤੋਂ ਅਗਲੇ ਸਟੈਪ ਤੁਹਾਨੂੰ ਮੈਂ ਦਿਖਾਊਂਗਾ ਇਹਨਾਂ ਦੇ ਸੋਫੇ, ਜੋ ਵੀ ਸੋਫਿਆਂ ਦੀ ਕੁਆਲਿਟੀ ਦੇ ਸੋਫੇ, ਜਿੰਨੇ ਵੀ ਡਿਜ਼ਾਈਨ ਦੇ, ਸਭ ਤੁਹਾਨੂੰ ਦਿਖਾਊਂਗਾ। ਚਲੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਸੋਫੇ ਇਹਨਾਂ ਦੇ ਸ਼ੋਪ 'ਤੇ, ਜਿਹੜੇ ਜਿਹੜੇ ਕੁਆਲਿਟੀ ਦੇ, ਜਿਹੜੇ ਜਿਹੜੇ ਡਿਜ਼ਾਈਨ ਦੇ ਸੋਫੇ ਆ, ਉਹ ਸਾਰੇ ਤੁਹਾਨੂੰ ਸੋਫੇ ਦਿਖਾਵਾਂਗੇ। ਅਤੇ ਪਹਿਲੇ ਨੰਬਰ ਤੁਹਾਨੂੰ ਮੈਂ ਸਾਰੇ ਇੱਕ ਵਾਰੀ ਡਿਜ਼ਾਈਨ ਦਿਖਾ ਦਿੰਦਾ ਸੋਫਿਆਂ ਦਾ। ਪਹਿਲੇ ਨੰਬਰ 'ਤੇ ਆ ਲੱਗਾ ਆਹ ਵਾਲਾ ਜਿਹੜਾ, ਫਸਟ ਆਫ ਆਲ ਦਿਸ ਇਜ਼ ਸੋਫਾ। ਅਤੇ ਆਹ ਜਿਹੜਾ ਸੋਫਾ ਲੱਗਾ ਆ, ਇਹ ਪਹਿਲਾ ਡਿਜ਼ਾਈਨ ਆ। ਅਤੇ ਦੇਖ ਸਕਦੇ ਜਿਹੜੇ ਜਿਹੜੇ ਇਹਦੇ ਕੁਸ਼ਨਸ ਵੀ ਨਾਲ ਮਿਲਦੇ ਆ ਵਾਲੇ ਸੋਫੇ ਦੇ। ਟੇਬਲ ਵੱਖਰਾ ਹੋਊਗਾ ਕਿਉਂਕਿ ਟੇਬਲ ਵੱਖਰੀ ਚੀਜ਼ ਹੁੰਦੀ ਆ। ਟੇਬਲ 'ਤੇ ਵੀ ਡਿਪੈਂਡ ਕਰਦਾ ਕਿਵੇਂ ਦਾ ਟੇਬਲ ਤੁਸੀਂ ਲੈਣਾ ਚਾਹੁੰਦੇ, ਗਲਾਸ ਲੈਣਾ ਚਾਹੁੰਦੇ, ਡਿਜ਼ਾਈਨ ਡਿਪੈਂਡ ਕਰਦਾ ਐਂਡ ਸਾਈਜ਼ 'ਤੇ ਕੁਆਲਿਟੀ। ਅਤੇ ਸੋਫੇ ਜਿਹੜੇ ਕਈ ਲੈਦਰ ਦੇ ਹੁੰਦੇ, ਜਿਹੜੀ ਲੈਦਰ ਇਹ ਯੂਜ਼ ਕਰਦੇ, ਉਹ ਡਬਲ ਲੈਦਰ ਯੂਜ਼ ਕਰਦੇ ਆ। ਇਹਨਾਂ ਤਾਂ ਇਹਦਾ ਵੀ ਮੈਂ ਪਰੂਫ ਤੁਹਾਨੂੰ ਹੁਣੇ ਦੇ ਦਾਂਗਾ, ਡਬਲ ਲੈਦਰ ਦਾ। ਅਤੇ ਜਿਹੜੇ ਆਹ ਸੋਫੇ ਆ, ਇਹ ਹੈਗੇ ਲੈਦਰ ਦੇ ਅਤੇ ਥੋੜ੍ਹੇ ਮਿਕਸ ਹੈਗੇ ਵੈਲਵਟ, ਜਿਹੜਾ ਕੱਪੜਾ ਨੀਚੇ ਲਾਇਆ ਉਹ ਹੈਗਾ ਵੈਲਵਟ। ਅਤੇ ਜਿਹੜੀ ਇਹਦੀ ਆ ਸਾਈਡਸ ਆ ਹੈਗੀ ਆ ਲੈਦਰ ਦੀਆਂ। ਅਤੇ ਜਿਹੜੇ ਇਹਦੇ ਕੁਸ਼ਨਸ ਆ, ਕੁਸ਼ਨ ਵੀ ਆਪ ਤਿਆਰ ਕੀਤੇ ਆ, ਬੈਸਟ ਕੁਆਲਿਟੀ ਵੈਲਵਟ ਦੇ ਯੂਜ਼ ਕੀਤੇ ਇਹਦੇ ਵਿੱਚ। ਅਤੇ ਡਿਜ਼ਾਈਨ ਆਪਣੀ ਪਸੰਦ ਆ, ਤੁਸੀਂ ਲੈ ਸਕਦੇ ਆ। ਜਿਹੜੇ ਸੋਫਿਆਂ ਦੀ ਪ੍ਰਾਈਜ਼ ਰੇਂਜ ਆ, ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿ 14,000-13,000 ਤੋਂ ਸਟਾਰਟਿੰਗ ਆ। ਅਤੇ ਗਾੜੀ ਉਹ 'ਤੇ ਡਿਪੈਂਡ ਕਰਦੇ ਤੁਸੀਂ ਕਿਵੇਂ ਦੇ ਤੁਸੀਂ ਸੋਫੇ ਬਣਵਾਉਣਾ ਚਾਹੁੰਦੇ ਜਾਂ ਲੈਣਾ ਚਾਹੁੰਦੇ ਆ। ਸਾਈਡ ਸੋਫਾ ਜਿਹੜਾ ਨਾ ਸੋਫਾ ਤੁਹਾਨੂੰ ਚਾਹੀਦਾ, ਉਦਾਂ ਦਾ ਸੋਫਾ ਤੁਹਾਨੂੰ ਇੱਥੇ ਮਿਲ ਜੂਗਾ। ਅੱਗੇ ਤੁਹਾਨੂੰ ਸੋਫਾ ਦਿਖਾ ਦਿੰਦੇ ਹਾਂ ਆਹ ਵਾਲਾ, ਜਿਹਦੇ 'ਚ ਡਾਇਮੰਡ ਦੇ ਡੇਅਰ ਡਿਜ਼ਾਈਨਿੰਗ ਕੀਤੀ ਗਈ ਆ। ਇੱਕ ਗੱਲ ਕਿ ਸਾਰੇ ਸੋਫੇ ਜੋ ਵੀ ਇੱਥੇ ਫਰਨੀਚਰ ਖੁਦ ਤਿਆਰ ਕੀਤਾ ਗਿਆ। ਅਤੇ ਜਿਹੜਾ ਤੁਹਾਨੂੰ ਸੋਫਾ ਦਿਖਾ ਰਹੇ ਹਾਂ, ਟੇਬਲ ਦਿਖਾ ਰਹੇ, ਟੇਬਲ ਦਾ ਪ੍ਰਾਈਜ਼ ਵੱਖਰਾ ਹੋਊਗਾ, ਬਸ ਸੋਫੇ ਸੋਫੇ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਸੋਫੇ ਸਾਰੇ ਵੀ ਬੈਸਟ ਕੁਆਲਿਟੀ ਦੇ। ਇਹਦੇ ਜੋ ਯੂਜ਼ ਕੀਤਾ ਗਿਆ ਵੈਲਵਟ ਸਵੈਡ, ਜੋ ਵੀ ਜਿਹੜੇ ਵੀ ਟਾਈਪ ਦੇ ਕਲੋਥਸ ਹੁੰਦੇ ਉਹ ਯੂਜ਼ ਕੀਤੇ ਗਏ ਇਹਦੇ ਵਿੱਚ। ਕਈ ਜਗ੍ਹਾ ਲੈਦਰ ਆ ਗਈ, ਆਹ ਆ ਗਈ ਆ ਲੈਦਰ ਦੇ ਸੋਫੇ। ਇਹਦੇ ਵਿੱਚ ਜਿਹੜੇ ਕੁਸ਼ਨਸ ਆ, ਇੱਥੇ ਯੂਜ਼ ਕੀਤਾ ਗਿਆ ਵੈਲਵਟ, ਇਹ 'ਚ ਯੂਜ਼ ਕੀਤਾ ਗਿਆ ਲੈਦਰ। ਅਤੇ ਜਿਹੜੀ ਲੈਦਰ ਆ ਉਹ ਡਬਲ ਡਬਲ ਲੈਦਰ ਯੂਜ਼ ਕੀਤੀ ਗਈ ਆ। ਅਤੇ ਆਹ ਜਿਹੜੇ ਉੱਪਰ ਲੱਕੜ ਦੇ ਜਿਹੜੀ ਆ ਡਿਜ਼ਾਇਨਿੰਗ ਕੀਤੀ ਗਈ ਆ, ਵੁੱਡ ਦੀ ਡਿਜ਼ਾਇਨਿੰਗ। ਅਤੇ ਇਹਦੇ ਜਿਹੜਾ ਡਿਜ਼ਾਈਨ ਦੇਖ ਸਕਦੇ ਕੁਸ਼ਨਸ ਦਾ, ਕਾਫੀ ਅਡੋਰਬਲ ਦਿਖ ਰਿਹਾ ਵਾ। ਅਤੇ ਤੁਸੀਂ ਦੇਖ ਸਕਦੇ ਡਿਜ਼ਾਇਨਿੰਗ ਇਹਦੇ ਕੁਸ਼ਨ ਦੀ, ਇੱਥੇ ਬਹਿ ਕੇ ਵੀ ਬਹੁਤ ਵਧੀਆ ਫੀਲ ਹੁੰਦਾ ਵਾ। ਬਹੁਤ ਕੰਫਰਟੇਬਲ ਸੋਫੇ ਆ, ਨਾ ਕੁਝ ਹਿਲਚਲ, ਨਾ ਸਪਰਿੰਗ ਦੀ ਆਵਾਜ਼। ਜੇ ਭੁੜਕ ਕੇ ਵੇਖੀਏ ਕੋਈ ਸਪਰਿੰਗ ਦੀ ਆਵਾਜ਼ ਨਹੀਂ ਹੁੰਦੀ, ਅਤੇ ਬੈਸਟ ਵਧੀਆ ਫੀਲ ਹੁੰਦਾ ਵਾ। ਅਤੇ ਤੁਹਾਨੂੰ ਅੱਗੇ ਸੋਫੇ ਦਿਖਾ ਦਿੰਦੇ ਹਾਂ, ਬੈਸਟ ਬੈਸਟ ਡਿਜ਼ਾਇਨਿੰਗ ਸੋਫੇ ਆ। ਆਹ ਦੇਖ ਸਕਦੇ ਹਾਂ ਬੈਸਟ ਕੁਆਲਿਟੀ ਡਿਜ਼ਾਇਨ ਅਤੇ ਡਿਜ਼ਾਇਨ ਦੇਖ ਸਕਦੇ ਹਾਂ ਬੈਸਟ ਮਟੀਰੀਅਲ ਦੇ ਨਾਲ। ਅਤੇ ਮੇਰਾ ਜਿਹੜਾ ਫੇਵਰੇਟ, ਮੈਨੂੰ ਸਭ ਤੋਂ ਫੇਵਰੇਟ ਲੱਗਦਾ ਇਹ ਵਾਲਾ। ਇਹਦੇ 'ਤੇ ਖਾਸ ਗੱਲ ਹੈ ਕਿ ਡਸਟ ਫਰੀ ਆ। ਇਹਦੇ 'ਤੇ ਡਸਟ ਵੀ ਦੇਖਦੇ, ਤੁਸੀਂ ਕੱਪੜੇ ਨਾਲ ਆਰਾਮ ਨਾਲ ਸਾਫ਼ ਕਰ ਸਕਦੇ ਹਾਂ। ਅਤੇ ਇਹਦੇ 'ਤੇ ਤੁਸੀਂ ਜ਼ਿਆਦਾ ਵਧੀਆ 14,000-20,000 ਦੇ ਵਿੱਚ ਵਿੱਚ ਸੋਫੇ ਦਾ ਸੈੱਟ ਮਿਲ ਜੂਗਾ। ਅੱਗੇ ਦੇਖ ਸਕਦੇ ਨਿਊ ਡਿਜ਼ਾਈਨ, ਇਹਦੇ ਵਿੱਚ ਵੀ ਕਲੋਥ ਸੇਮ ਯੂਜ਼ ਕੀਤਾ ਗਿਆ, ਵੈਲਵਟ ਐਂਡ ਜਿਹੜਾ ਲੈਦਰ ਯੂਜ਼ ਕੀਤੀ ਗਈ ਆ। ਅਤੇ ਇਸ ਸੋਫੇ ਦਾ ਡਿਜ਼ਾਈਨ ਬਹੁਤ ਜ਼ਿਆਦਾ ਪਿਆਰਾ ਲੱਗਾ ਕਿਉਂਕਿ ਇਹਦੇ ਕੁਸ਼ਨ ਨਾਲ ਥੋੜ੍ਹੇ ਮੈਚ ਕਰ ਰਹੇ ਸੀ। ਸੋਫੇ ਦਾ ਦਿਖਾਉਣਾ ਇੱਕ ਲੇਟੈਸਟ ਸੋਫਾ ਜਿਹੜਾ ਇਹਨਾਂ ਨੇ ਤਿਆਰ ਕੀਤਾ ਵਾ, ਉਹ ਵਾਲਾ ਸੋਫਾ ਤੁਹਾਨੂੰ ਮੈਂ ਹੁਣ ਦਿਖਾਉਂਦਾ ਵਾਂ। ਅਤੇ ਆਹ ਜਿਹੜਾ ਰੈੱਡ ਕਲਰ ਦਾ ਡਿਜ਼ਾਈਨ ਵੇਖੋ ਸੋਫੇ ਦਾ, ਇੱਕ ਵਾਰ ਬਹੁਤ ਜ਼ਿਆਦਾ ਵਧੀਆ ਲੱਗਣ ਦਿਆ ਬੋਰਡ। ਜਿਹੜਾ ਡਿਜ਼ਾਈਨ ਵਾ, ਇਹਦਾ ਜਿਹੜਾ ਕਲੋਥ ਆ, ਜਿਹੜਾ ਕੱਪੜਾ ਵਾ, ਤੁਸੀਂ ਮੈਂ ਹੱਥ ਲਾ ਕੇ ਫੀਲ ਕਰ ਰਿਹਾ, ਬਹੁਤ ਜ਼ਿਆਦਾ ਵਧੀਆ। ਅਤੇ ਆਹ ਨਾਲ ਟੇਬਲ ਇਹਦੇ ਮਿਲੂਗਾ, ਅਤੇ ਨਾਲ ਟੂ ਕੁਸ਼ਨ ਟੇਬਲਸ ਐਂਡ ਇਹਦੇ ਨਾਲ ਜਿਹੜਾ ਕੋਰਨਰ ਸੋਫੇ ਦਾ ਜਿਹੜਾ ਡਿਜ਼ਾਇਨਿੰਗ ਆ, ਮਟੀਰੀਅਲ ਆ, ਬਹੁਤ ਜ਼ਿਆਦਾ ਵਧੀਆ ਯੂਜ਼ ਕੀਤਾ ਗਿਆ ਵਾ। ਦੇਖ ਸਕਦੇ ਹਾਂ ਕੋਰਨਰ ਸੋਫਾ, ਇਹਦੇ ਵਿੱਚ ਜਿਹੜੇ ਗੱਦੀਆਂ ਲੱਗੀਆਂ, 40 ਡੈਂਸਿਟੀ ਦੀਆਂ ਗੱਦੀਆਂ ਯੂਜ਼ ਕੀਤੀਆਂ ਗਈਆਂ ਵਾ। ਅਤੇ ਇਹਦੇ ਨਾਲ ਤੁਹਾਨੂੰ ਬੈਸਟ ਚੀਜ਼ ਇਹ ਮਿਲੂਗੀ, 5 ਸਾਲ ਦੀ ਤੁਹਾਨੂੰ ਇਹਦੀ ਗਰੰਟੀ ਮਿਲੂ। ਜੇ ਸੋਫੇ ਨੂੰ ਕੁਝ ਹੋ ਗਿਆ ਤਾਂ ਵਾਪਸ ਆ ਕੇ ਤੁਸੀਂ ਨਵਾਂ ਲੈ ਕੇ ਦੇਖ ਲਿਓ, ਉਸ ਵੇਲੇ ਮਿਲ ਜੂਗਾ। ਅਤੇ ਨਾਲ ਆ 2 ਪਫ ਗੱਦੀਆਂ ਤੁਹਾਨੂੰ ਮਿਲ ਜਾਣਗੀਆਂ। ਉਸ ਤੋਂ ਬਾਅਦ ਜਿਹੜਾ ਆਹ ਟੇਬਲ ਇਹਦੇ ਵਿੱਚ ਲਾਇਆ ਵਾ, ਇਹਦੇ ਵਿੱਚ ਵੀ ਇਹਨਾਂ ਨੇ ਆ ਕਲੋਥ ਯੂਜ਼ ਕੀਤਾ, ਜੋ ਇੱਥੇ ਸੋਫੇ 'ਤੇ ਮਟੀਰੀਅਲ ਯੂਜ਼ ਕੀਤਾ ਗਿਆ, ਅਤੇ ਮਟੀਰੀਅਲ ਬਹੁਤ ਜ਼ਿਆਦਾ ਸੋਫਟ ਅਤੇ ਵਧੀਆ। ਇਸ ਤੋਂ ਬਾਅਦ ਇਹਦੇ ਉੱਤੇ ਕੱਚ ਲੱਗ ਜਾਣਾ, ਜੋ ਕਿ ਇਹਦੀ ਲੁੱਕ ਹੋਰ ਵੀ ਬੈਟਰ ਕਰ ਸਕਦਾ ਵਾ। ਅਤੇ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਕੋਰਨਰ ਸੋਫਾ ਦਿਖਾ ਦਿੰਦੇ ਹਾਂ, ਜੋ ਕਿ ਆਨਰ ਸੋਫਾ ਦਿਖਾ ਦਿੰਦੇ, ਇੱਕ ਹੋਰ ਜੋ ਕਿ ਉਹ ਰੈੱਡ ਕਲਰ ਦਾ ਸੀ, ਇੱਕ ਨੇਵੀ ਬਲੂ 'ਚ ਆ ਜਾਂਦਾ। ਕੁਆਲਿਟੀ ਸਭ ਕੁਝ ਸੇਮ ਆ, ਗਰੰਟੀ ਇਹ 'ਚ ਵੀ ਤੁਹਾਨੂੰ 5 ਸਾਲ ਦੀ ਮਿਲ ਜੂਗੀ, ਜੋ ਕਿ ਜਿਵੇਂ ਮਟੀਰੀਅਲ ਸਾਰਾ ਸੇਮ ਯੂਜ਼ ਕੀਤਾ ਗਿਆ ਵਾ। ਅਤੇ ਜਿਹੜੇ 40 ਡੈਂਸਿਟੀ ਜਿਹੜੀ ਇਹਦੇ ਵਿੱਚ ਗੱਦੀਆਂ ਯੂਜ਼ ਕੀਤੀਆਂ ਗਈਆਂ ਸੋਫੇ ਦੇ ਅੰਦਰ, ਜੋ ਕਿ ਬਹੁਤ ਜ਼ਿਆਦਾ ਆਰਾਮਦਾਇਕ ਫੀਲ ਕਰੂਗੀ, ਕੰਫਰਟ। ਤੁਹਾਨੂੰ
काफ़ी साल तक हंड भी जाते तो काफ़ी वधिया देंगे तो देखो मैं किन्नी जोर जोर दी बंद कर रहा तो भी इन कोई फर्क नहीं पै रहा। ये तुम ड्रो मिलेंगे ड्रो के नाल जी ड्रो की बेयरिंग्स आ बहुत ज़्यादा वधिया यूज़ की गई है तो यदि लुक अडोरेबल होर भी होंगी जो ये कलर मैचिंग करते हैं देख सकते हो कि वधिया कलर आ। एक और तुम्हें यह डिज़ाइन दिखा दें जो कि टी वी पैनल का ए रहा ये कच के ड्रोर आ जाते हैं तो होर भी जो पैनल बहुत ज़्यादा सोहना लग रहा यदि खूबसूरती जी प्लाई सनमाइका यूज़ किया गया बहुत ज़्यादा बेस्ट क्वालिटी का तो इस तो भी अलावा होर भी डिज़ाइन तुम इतों मिल जाएंगे तो ये ऑन डिमांड कस्टमर की ऑन डिमांड पर भी तुम बना के दे देंगे जिदा का तुम चाहिए समान उदा का तुम मिल जूगा। इस तो बाद दिखाने प्रेस टेबल बहुत ज़्यादा वधिया क्वालिटी के यूज़ किए गए मटीरियल वुड लक्कड़ तो ये तुम सब तो पहला मैं दिखा तुम आवला प्रेस टेबल जिहड़ा डिज़ाइन है विर्थ लेंथ बहुत वधिया वा तो ये तुम ड्रो नीचे ड्रो भी मिल जाने के समान रखने लॉक वाले ड्रो आई देख सकते कि कि कपैसिटी के नाल जो ड्रो मिल जाएंगे बहुत वधिया क्वालिटी का जोड़ा समान तुम सारा मिल जूगा तो तुम एक तुम प्रेस टेबल तुम एक तुम मैं एक बार दिखा दिना किमें डिजाइन इन्ना को है तो देख सकते ड्रो क्वालिटी बहुत वधिया हर एक लॉक लगा वा तो जो अंदर कपैसिटी भी बहुत वधिया उपर भी लेंथ ब्रैथ सब कुछ बहुत वधिया आराम ना तुसी कपड़े प्रेस कर सकते हैं डिजाइनिंग कलर मटीरियल सब गरंटी वाला तो एक बार आके जरूर इतने विजिट करो चैक करो समान चैक करके फिर तुम लै सकते हो आराम नाल। तो तुम एक सारा मैं डिज़ाइन दिखा दिना किन्ने सारे डिज़ाइन के इतने प्रेस टेबल अवेलेबल आ देख सकते हैं ब्राउन कलर डार्क ब्राउन चॉकलेट ब्राउन एंड होर भी डिजाइनिंग ने टेबल तुम मैं दसता प्राइस रेंज अराउंड 4000 स्टार्टिंग है गाड़ी डिपेंड करता कि लेंथ साइज वगैरह लेने हो। तो इस तो बाद मैं दिखाता डाइनिंग टेबल विद चेयर सारा कुछ तुम्हें सैट मिलेगा इस सैट की प्राइसिंग हो जाती है 22000 तो इनका स्टार्टिंग होंगे वा मटीरियल इन्हें सारा पार्टिकल बोर्ड जरा वुड जी बहुत वधिया क्वालिटी की यूज़ की जाती है तुम देख सकते हो कि सोहना डिजाइन डाइनिंग टेबल का एंड काफ़ी लेंथ भी काफ़ी वधिया वा तो यदि स्टार्टिंग 22000 तो गरंटी तुम हर एक चीज़ की मिलेगी 2 से 3 साल की गरंटी होगी वुड की लकड़ की जो भी इनू प्रॉब्लम आएगी तो इतने आके पुछ सकते हो देख सकते हो। इस तो ये भी तुम अपनी पसंद जो डाइनिंग टेबल तैयार करवा सकते जिदा के तुम चाहिए उदा के करवा सकते हो। अगे तुम एक और लुक दे सकते डाइनिंग टेबल की कितनी वधिया लुक वा तो ये चेयरस भी बहुत वधिया क्वालिटी दी बहुत वधिया हैवी चेयरस आ जो तुम देख सकते हो। तो इस तो बाद अगे अं दिखा देंगे ड्रैसिंग टेबल्स मेरे पिछे तुम देख सकते हो ड्रैसिंग टेबल जो ड्रैसिंग टेबल की प्राइस रेंज अराउंड स्टार्ट होंगी 5 से 6000 तो स्टार्टिंग है ड्रैसिंग टेबल की तो ड्रैसिंग टेबल में भी तुम काफ़ी सारे कवर्स दिख जाएंगे लॉक दिख जाएगा एंड यदा साइज भी दे वधिया काफ़ी वधिया कपैसिटी ने अपने तुम चीज़ा रख सकते हो जो भी तुम चीज़ों चाहिए तो ये उत्ते LED लाइट दिख जूगी जो कि बहुत वधिया क्वालिटी की लगी होंगी है। तो तुम ड्रैसिंग टेबल का डिज़ाइन देख सकते हो कि इधर काफ़ी डिजाइन जोड़े अवेलेबल आ ड्रैसिंग टेबल के इस तो भी अलावा तुम अपनी पसंद का बना सकते तो भी मिल जूगा गरंटी भी यदि तुम 2 से 3 इस तो बाद दिखावे अलमारियाँ देख सकते मेरे पिछले काफ़ी डिजाइन है काफ़ी बेस्ट क्वालिटी दलमारियाँ इतने प्रेजेंट आ तो जी प्राइस रेंज अलमारी की मैं करा हर एक की वक्री वक्री पर स्टार्टिंग प्राइस अलमारिया 10000-8000 तो इन स्टार्टिंग प्राइस हैगी अलमारियों की तो हर एक अलमारी तुम्हें गरंटी मिलेगी प्लाईवुड जरा पार्टिकल बोर्ड की जी वरतों की गई है यूज़ किया गया तो जो क्वालिटी एंड बिल्ट मटीरियल आ बहुत ज़्यादा ऑसम आ। तो इस तो बाद एक डिज़ाइन दे सकते हैं अलमारी के जो मिरर या शीशे यूज़ किए गए वो भी डिजाइनर ही यूज़ किए गए या हैंडल की गल करेंगे हैंडल भी बहुत ज़्यादा वधिया क्वालिटी के नाल बहुत वधिया डिजाइनर यूज़ किए गए तो इतने तुम देख सकते हैं जो डिज़ाइन आ लुक वा बहुत ज़्यादा अमेजिंग आ तो अंदर का तुम दिखा देंगे अंदर तुम देख सकते ये पहला कवर आ जाता वा काफ़ी कपैसिटी ने तुम अपने क्लोज रख सकते हैं एंड दैन दे आर सैकेंड कवर तुम इतने बहुत वधिया क्वालिटी दे एंड वन मोर थिंग इतने एक लोकर भी है जो कि तुम अपना कीमती समान पैसे वगैरह इतने रख सकते हो तो लोकर तुम देख सकते लोग भी जी लुक देख सकते कि जी प्यारी आ इतने जी बेयरिंग यूज़ किए गए ऑडी निशान जोड़ा वा ऑडी के ब्रांडिंग का लोगो यूज़ किया गया तो जो मिरर से डिज़ाइन किया मिरर भी डिजाइनर लाए आ कोई आम मिरर नहीं लाए तो तुम यहाँ देख सकते यदि भी कपैसिटी अंदरों बहुत ज़्यादा वधिया वा अंदरों लुक देख सकते हो तो हर एक अलमारी के नाल तुहानू लोकर जरूर मिलेगा ये हर एक अलमारी की तुहानू गरंटी मिलेगी बहुत वधिया क्वालिटी की आ ते जिहड़े कईयां नूं डर होंदा कि पेज लत जांदे पेज जिहड़े बहुत वधिया तरह इत्थे जिहड़े बाइंड किए गए आ तो हैंडल भी बहुत ज़्यादा इन्हें मैचिंग ही लाए आ रसोई में भी आलमारी जी तुम रसोई में भी यूज़ कर सकते जो कीमती कच के जो समान रख सकते हैं काफ़ी वधिया तरह या कोई भी होर कपड़े वगैरह या कोई कीमती ट्रॉफीज वगैरह अपनी रख सकते हैं ये जी अलमारी बहुत वधिया प्राइस रेंज 10000 तो लैके अगे अगे जो मटीरियल उत्ते डिपेंड करती है तुम जिवें लोगे उवें की मिल जूगी
नीचे ड्रो मिलते, उपर तुम कच की अलमारी देखूगी, शोपीस वास्ते एक हिसाब का अलमारी शोपीस जो भी तुम कह सकते हो वह हैगा वा। टेबल आज देख सकते हैं इतने दो पीस जोड़े मंदिर के पे आ जिथे तुम अपनी पाठ पूजा तो फोटो वगैरह रख सकते हैं। जिहड़े इन्हां दी मंदिर की प्राइजिंग रेंज स्टार्ट होंदी में 1500 तक स्टार्ट हो जाते हैं, अवेलेबल है इन्हां दी प्राइस रेंज भी 1500 तो जिहड़ी स्टार्टिंग होंदी है। एक दो चार शेल्फ वाले जिहड़े कॉर्नरस आ तुसीं साइड ते रख सकते हैं, इत्थे बहुत वधिया तरह समान रख सकते, बहुत बेस्ट क्वालिटी का जिहड़ा मटीरियल यूज किया। बच्चों दी अलमारियां जिहड़ा प्राइस रेंज स्टार्ट होंदा वा 4000 तो 5000 ते इन्हां स्टार्टिंग प्राइस आ, क्वालिटी बहुत वधिया वा। तो डिज़ाइन उपर तुम देख सकते बच्चों के फेवरेट कार्टून वगैरह उपर डिज़ाइन किए गए आ। तो अंदर तो तुम मैं खोल के दिखा दिना, इतने तुम फर्नीचर के नाल बैड जी लवोंगे तो गद्दे भी मिलते, गद्दे की क्वालिटी बहुत ज़्यादा अमेजिंग है। जिदा के तुम गद्दे चाहिए सख्त पोले होले जिदा के चाहिए उदा के मिल जाएंगे। तो गद्द्या की प्राइस रेंज जी स्टार्ट होंगी है 4000 तो 5000 जी स्टार्टिंग प्राइस आ। तो जे तुम आह चीज़ा बहरों लोगे बहुत ज़्यादा एक्सपेंसिव पैनी आ, क्योंकि बहर के गद्दे जोड़े होंगे 10000 का सिंगल पीस मिलता, इतना तुम्हें सैट ही मिलेगा जिन्हें जिहड़े हिसाब का जिस अकॉर्डिंग का तुम लैना चाहते हैं। स्टडी टेबल बहुत वधिया क्वालिटी का बनाया, नीचे फुट स्टैंड फुट रैसट वास्ते बनाया वा। तो एंड जिहड़ा ड्रोअर आ तुम देख सकते काफ़ी वधिया वा, इतने तुम स्टडी वास्ते समान रख सकते हो, एंड इन एज अ कंप्यूटर टेबल भी यूज़ कर सकते हो, बहुत वधिया क्वालिटी का। प्राइस रेंज सारे की सेम है, एक उपर भी डिज़ाइन आ, काफ़ी वधिया क्वालिटी के जिहड़े मटीरियल यूज़ किए गए, डिज़ाइन यूज़ किया गया एज एन कंप्यूटर टेबल और स्टडी टेबल तुम यूज़ कर सकते हैं। सोफिया में तुम सोफे देखे, बैड वे तुम बैड वे के हूँ तुम दोवे का कॉम्बीनेशन दिखा, सोफा कम बैड जो बहुत वधिया क्वालिटी लकड़ जे मटीरियल यूज़ किया गया, वेलवेट जो मटीरियल यूज़ किया गया, वुड भी बहुत ज़्यादा वधिया क्वालिटी की है, गरंटी तुम्हें ये भी मिलेगी। प्राइस रेंज जी स्टार्टिंग स्टार्ट होंगी है 14-15 हज़ार तो स्टार्टिंग आई देख सकते, इन्हों को इस वे दो अवेलेबल है, होर भी जो तुम चाहिए हो मंगा सकते हैं। तो हम एक बार तुम भाजी होनी खोल के दिखाएंगे कि किमें बैड बन जाता, किमें सोफा बन जाता। देख सकते हो मिनट भी नहीं लगा इन बैड बनने, तो मिनट भी नहीं लगना इन सोफा बनने, ये भी तुम्हें कवर जोड़ा मिल जूगा। तो काफ़ी वधिया चीज़ है जी तुम रख सकते, स्पेस भी बचाती है, ये सोफा भी बन जाता, बैड भी बन जाता, जोड़ा बैड बनता क्वीन साइज बैड आ, होर भी व्डे जिदा का तुम्हें चाहिए उदा का तुम मिल जूगा। इस वे एज अ सैंपल अवेलेबल से, एंड सैकेंड बैड यह रहा तुम्हें भी खोल के एक बार तुम दिखा दें किमें हैगा, कि छेती देख सकते खुल जाता वा, बस कोई दिक्कत नहीं हैगी, खिंचना पुल करना उस तो बाद बस गद्दियां उत्थे सैट कर देनिया। लो जी तुहाडे सामने मिनट जी तुहाडे सामने एक जिहड़ा सोफा वा बैड बन गया, तो किड्डा प्यारा किड्डा सोहना जिहड़ा बैड बन गया, नाल तुहानू गद्दियां मिल जूगियां। प्राइस रेंज भी बहुत ज़्यादा रीजनेबल प्राइस है, तुसीं आराम नाल परचेज कर सकते विद गरंटी।